ਚੋਰੀ ਅਤੇ ਲੁੱਟਾ ਖੂਹਾਂ ਦੀਆਂ ਵਾਰਦਾਤਾਂ ਹੁਣ ਆਮ ਹੋ ਗਈਆਂ ਨੇ। ਇੰਝ ਲੱਗਦਾ ਹੈ ਕਿ ਜਿਵੇਂ ਪੁਲਿਸ ਪ੍ਰਸ਼ਾਸਨ ਦਾ ਵੀ ਇਹਨਾਂ ਮਾਮਲਿਆਂ ਦੇ ਵੱਲ ਕੋਈ ਧਿਆਨ ਨਹੀਂ ਹੈ। ਬੀਤੀ ਦੇਰ ਰਾਤ ਗੁਰਦਾਸਪੁਰ ਦੇ ਬੀਜ ਮਾਰਕੀਟ ਸਥਿਤ ਇੱਕ ਮੋਬਾਈਲ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ ਗਿਆ। ਚੋਰ ਦੇ ਵੱਲੋਂ ਮੋਬਾਈਲ, ਨਕਦੀ ਅਤੇ ਹੋਰ ਕਈ ਚੀਜ਼ਾਂ ਲੈ ਕੇ ਉਹ ਚੋਰ ਫਰਾਰ ਹੋ ਗਿਆ। ਦੁਕਾਨਦਾਰ ਦੇ ਮਾਲਕ ਦਾ ਕਹਿਣਾ ਹੈ ਕਿ ਉਸਦਾ ਲੱਖਾਂ ਰੁਪਇਆਂ ਦਾ ਨੁਕਸਾਨ ਹੋਇਆ ਹੈ। ਇਸ ਬਾਬਤ ਉਹਨਾਂ ਨੇ ਪੁਲਿਸ ਨੂੰ ਵੀ ਸਾਰੀ ਸੂਚਨਾ ਦੇ ਦਿੱਤੀ ਹੈ। ਮੌਕੇ 'ਤੇ ਪਹੁੰਚੇ ਵਪਾਰ ਮੰਡਲ ਦੇ ਪ੍ਰਧਾਨ ਨੇ ਦੱਸਿਆ ਹੈ ਕਿ ਗੁਰਦਾਸਪੁਰ ਸ਼ਹਿਰ ਦੇ ਅੰਦਰ ਲਗਾਤਾਰ ਅਜਿਹੀਆਂ ਘਟਨਾਵਾਂ ਵਾਪਰ ਰਹੀਆਂ ਨੇ, ਪਰ ਪੁਲਿਸ ਪ੍ਰਸ਼ਾਸਨ ਇਹਨਾਂ ਵੱਲ ਕੋਈ ਵੀ ਧਿਆਨ ਨਹੀਂ ਦੇ ਰਿਹਾ। ਉਹਨਾਂ ਨੇ ਮੰਗ ਕੀਤੀ ਹੈ ਕਿ ਇਹਨਾਂ ਚੋਰੀ ਦੀਆਂ ਘਟਨਾਵਾਂ ਦੀਆਂ ਵਾਰਦਾਤਾਂ ਨੂੰ ਜਲਦ ਤੋਂ ਜਲਦ ਹੱਲ ਕੱਢਿਆ ਜਾਵੇ। ਰਾਤੀ ਆਪਾਂ 9:30 ਵਜੇ ਦੁਕਾਨ ਜਿਹੜੀ ਆ ਵਧਾ ਕੇ ਗਏ ਹਾਂ, ਅਤੇ ਸਵੇਰੇ ਰੋਜ਼ ਬੇਟਾ ਜਿਹੜਾ ਵਾ 7 ਵਜੇ ਜਿਹੜਾ ਵਾ ਉਹ ਸ਼ੋਪ 'ਤੇ ਆਉਂਦਾ ਵਾ ਸਫਾਈ ਸਫੂਈ ਕਰਨ ਲਈ। ਜਦੋਂ ਅੱਜ ਰੂਟੀਨ ਵਾਈਜ ਅੱਜ ਆਇਆ ਅਤੇ ਮੈਨੂੰ ਉਹਦਾ ਫੋਨ ਆ ਗਿਆ ਕਿ ਪਾਪਾ ਦੁਕਾਨ 'ਤੇ ਨਾ ਤਾਲੇ ਜਿਹੜੇ ਉਹ ਕੁੰਡੇ ਕੱਟ ਦਿੱਤੇ ਸ਼ਟਰ ਦੇ, ਅਤੇ ਮੈਂ ਉਹਨੂੰ ਕਿਹਾ ਵੀ ਸ਼ਟਰ ਜਿਹੜਾ ਉਹ ਚੁੱਕੀ ਨਾ ਜਿੰਨੀ ਦੇਰ ਤੱਕ ਪੁਲਿਸ ਵਾਲੇ ਨਹੀਂ ਆਉਂਦੇ। ਫਿਰ ਅਸੀਂ ਪੁਲਿਸ ਵਾਲਿਆਂ ਨੂੰ ਕੰਪਲੇਂਟ ਕੀਤੀ, ਥੋੜ੍ਹੀ ਦੇਰ ਬਾਅਦ ਪੁਲਿਸ ਵਾਲੇ ਵੀ ਆ ਕੇ ਆਪਾਂ ਸ਼ਟਰ ਸ਼ੁਟਰ ਚੁੱਕਿਆ ਅਤੇ ਆ ਕੇ ਵੇਖਿਆ ਅਤੇ ਸਾਹਮਣੇ 7-8 ਮੋਬਾਈਲ ਸੀਗਾ ਨਵੇਂ, ਉਹ ਜਿਹੜੇ ਸੀਗਾ ਵੀ ਉਹ ਹੈਨੀ ਸੀਗਾ। ਅਤੇ ਬਾਅਦ 'ਚ ਵੇਖਿਆ ਇੱਕ ਜਿਹੜਾ ਇਨਵਰਟਰ ਦਾ ਬੈਟਰਾ ਸੀਗਾ ਉਹ ਵੀ ਹੈਨੀ, ਇਨਵਰਟਰ ਛੱਡ ਗਿਆ, ਬੈਟਰ ਲੈ ਗਏ। ਬਾਕੀ ਗੱਲੇ ਵਿੱਚ 1.5-2 ਹਜ਼ਾਰ ਰੁਪਇਆ ਸੀਗਾ। ਉਹ ਸਾਨੂੰ ਜਦੋਂ ਸਵੇਰੇ ਆਏ ਅਤੇ ਕਹਿੰਦੇ ਸਾਡਾ ਤਾਂ 7ਵਾਂ ਫੇਰਾ ਹੋ ਗਿਆ ਜੀ, ਅਸੀਂ ਤਾਂ 6 ਫੇਰੇ ਅੱਗੇ ਲਗਾ ਲਿਆ 7ਵਾਂ ਫੇਰਾ। ਪਰ ਜਦੋਂ ਅਸੀਂ ਹੁਣ CCTV ਦੇਖਿਆ ਅਤੇ ਉਹਦੇ 'ਚ 1.5 ਘੰਟੇ 'ਚ ਉਹਨਾਂ ਦਾ ਇੱਕ ਵੀ ਕੋਈ PCR ਵਾਲਾ ਜਾਂ ਕੋਈ ਵੀ ਨਹੀਂ ਲੱਭਿਆ ਹੈਗਾ। ਚੋਰੀ ਜਿਹੜੀ ਆ 3 ਵਜੇ ਤੋਂ ਲੈ ਕੇ 4:30 ਦੇ ਵਿੱਚ ਹੋਈ ਹੈ। ਸਾਡੀ ਦੁਕਾਨ ਦਾ ਨਾਮ ਹੈ ਰਵੀ ਮਹਾਜਨ ਟੈਲੀਕੋਮ, ਮੈਂ ਕਮੇਟੀ ਘਰ ਦੇ ਬਿਲਕੁਲ ਸਾਹਮਣੇ GT ਰੋਡ 'ਤੇ ਆ ਜੀ। ਇਹ ਮੇਨ ਰੋਡ ਪੈਂਦਾ, ਇੱਥੇ ਦੇਖੋ ਆਵਾਜਾਈ ਚੱਲਦੀ ਰਹਿੰਦੀ ਹੈ, ਪਰ PCR ਵਾਲਾ ਜਾਂ ਪੁਲਿਸ ਵਾਲੇ ਦੀ ਕੋਈ ਵੀ ਇੱਥੇ ਅਸੀਂ ਦੇਖਿਆ ਨਹੀਂ ਕਿ ਕੋਈ ਆਉਂਦਾ ਹੋਏ ਜਾਂ ਜਾਂਦਾ ਹੋਏ। ਮੈਨੂੰ ਹੁਣੇ ਜਸਟ 5 ਮਿੰਟ ਪਹਿਲਾਂ ਹੀ ਪਤਾ ਲੱਗਾ ਕਿ ਇਹਨਾਂ ਦੀ ਮਹਾਜਨ ਟੈਲੀਕੋਮ ਦੀ ਦੁਕਾਨ ਦੇ ਉੱਤੇ ਜਿਹੜੀ ਚੋਰੀ ਹੋਈ ਹੈ। ਪਰ ਮੈਂ ਉਸੇ ਟਾਈਮ ਆ ਕੇ ਇਹਨਾਂ ਦੇ ਨਾਲ ਮੈਂ ਸਾਰੀ ਗੱਲਬਾਤ ਕੀਤੀ ਆ, ਸੁਣਿਆ ਜੋ ਕੁਛ ਹੋਇਆ ਵਾ, ਲੇਕਿਨ ਮੈਂ ਬੜਾ ਹੈਰਾਨ ਹੈ ਕਿ ਇਹ ਉਸ ਜਗ੍ਹਾ 'ਤੇ ਦੁਕਾਨ ਹੈ ਜਿੱਥੇ 24 ਘੰਟੇ ਲੋਕਾਂ ਦਾ ਆਉਣਾ ਜਾਣਾ ਵਾ, ਮੇਨ ਰੋਡ ਸੜਕ ਦੇ ਉੱਤੇ, ਕੋਈ ਓਲਾ ਨਹੀਂ ਹੈ। ਔਰ ਮੈਂ SSP ਸਾਹਿਬ ਨੂੰ ਇਹ ਗੱਲ ਪੁੱਛਣਾ ਚਾਹੁੰਦਾ ਕਿ ਸਾਰੀ ਰਾਤ ਤੁਹਾਡੀ PCR 8 ਤੋਂ 8 ਚੱਲਦੀ ਹੈ, ਉਹ PCR ਕਿੱਥੇ ਹੈ? ਕਿਉਂ ਨਹੀਂ ਉਹਨਾਂ ਨੂੰ ਜਵਾਬ ਤਲ ਵੀ ਲੈ ਜਾਂਦੀ? ਆਪਾਂ ਠੀਕ ਹੈ ਕਿ ਲੋਕਾਂ ਦੇ ਵਿੱਚ ਬਹੁਤ ਵਧੀਆ ਅਸੀਂ ਨਸ਼ੇ ਦੇ ਵਿੱਚ ਤੁਸੀਂ ਲੱਗੇ ਹੋ, ਹੋਰ ਵੀ ਤੁਸੀਂ ਕਰਦੇ ਹੋ ਬਿਜੀ ਹੈ, ਲੇਕਿਨ ਸ਼ਹਿਰ ਦੀ ਸੇਫਟੀ ਵਾਸਤੇ ਆਪਾਂ ਕੀ ਕਰ ਰਹੇ ਹਾਂ? ਬਹੁਤ ਸ਼ਹਿਰ ਦੇ ਵਿੱਚ ਰੋਜ਼ ਸਪਲੈਂਡਰ ਚੋਰੀ ਹੋ ਰਹੇ, ਕਿਸੇ ਦੀ ਕਾਰ ਚੋਰੀ ਹੋ ਰਹੀ ਹੈ, ਕਿਸੇ ਦੁਕਾਨ 'ਤੇ ਚੋਰੀ ਹੋ ਰਹੀ ਹੈ, ਔਰ ਕਿਸੇ ਸਨੈਚਿੰਗ ਹੋ ਰਹੀ ਹੈ, ਕਿਤੇ ਗੁੰਡਾਗਰਦੀ ਹੋ ਰਹੀ ਹੈ। ਸਰ SSP ਸਾਹਿਬ, ਮੈਂ ਤੁਹਾਨੂੰ ਇੱਕੋ ਬੇਨਤੀ ਕਰਾਂਗਾ ਕਿ ਆਪਣੇ ਸ਼ਹਿਰ ਨੂੰ ਸੇਫ ਰੱਖੋ, ਕਿਉਂਕਿ ਇਹ ਬਹੁਤ ਜ਼ਰੂਰੀ ਹੈ। ਕਿਉਂਕਿ ਜੇ ਸ਼ਹਿਰ ਸੇਫ ਨਹੀਂ ਹੈ, ਲੋਕ ਸੇਫ ਨਹੀਂ ਹੈ, ਅਤੇ ਆਪਾਂ ਪ੍ਰਸ਼ਾਸਨ ਤੋਂ ਲੋਕਾਂ ਦਾ ਜਿਹੜਾ ਵਾ ਨਾ ਮਨ ਚੁੱਕਿਆ ਜਾਏਗਾ, ਅਸੀਂ ਆਪਣੇ ਆਪ ਨੂੰ ਅਣਸੁਰੱਖਿਅਤ ਆਪਣਾ ਮਹਿਸੂਸ ਕਰਦੇ ਪਏ ਹਾਂ। ਮੈਨੂੰ ਬਹੁਤ ਅਫਸੋਸ ਹੈ ਕਿ ਮੇਰੇ ਦੁਕਾਨਦਾਰ ਸਾਥੀਆਂ ਦਾ ਪਿਛਲੇ ਦਿਨੀ ਅੱਗ ਦਾ ਨੁਕਸਾਨ ਹੋ ਗਿਆ। ਉਸ ਟਾਈਮ 'ਤੇ ਵੀ ਇਹ ਪ੍ਰਸ਼ਾਸਨ ਦਾ ਇੰਨਾ ਮਾੜਾ ਰੋਲ ਸੀ, ਕੋਈ ਬੰਦਾ ਵੀ ਉੱਥੇ ਪਹੁੰਚਿਆ ਨਹੀਂ ਸੀ ਕੋਈ ਹੈਲਪ ਵਾਸਤੇ, ਕੋਈ ਹਸਾਰ ਲੈਣ ਤੱਕ ਨਹੀਂ ਪਹੁੰਚਿਆ ਕੋਈ। ਔਰ ਅਸੀਂ ਵਾਲੇ 2 PCR ਪਿੱਛੇ ਖੜ੍ਹੇ ਸੀ ਜੋ ਕਿ ਵੀਡੀਓ ਬਣਾ ਰਹੇ। ਬੜੀ ਮਾੜੀ ਗੱਲ ਹੈ। ਮੈਂ ਇੱਕੋ ਹੀ ਮੈਸੇਜ ਦੇਣਾ ਚਾਹੁੰਦਾ ਪ੍ਰਸ਼ਾਸਨ ਨੂੰ ਕਿ ਗੁਰਦਾਸਪੁਰ ਸ਼ਹਿਰ ਨੂੰ ਸੇਫ ਰੱਖਿਆ ਜਾਵੇ, ਇਹ ਚੋਰੀਆਂ 'ਤੇ ਨੱਥ ਪਾਈ ਜਾਵੇ, ਜੋ ਗੁੰਡਾਗਰਦੀ ਸਨੈਚਿੰਗ ਲੁੱਟਾਂ ਖੂਹਾਂ ਹੋ ਰਹੀਆਂ ਨੇ ਇਹਨਾਂ 'ਤੇ ਧਿਆਨ ਦਿੱਤਾ ਜਾਵੇ। ਮੈਂ ਆਪਣੇ ਵੱਲੋਂ ਵਪਾਰ ਮੰਡਲ ਵੱਲੋਂ ਇੱਕ SSP ਸਾਹਿਬ ਨੂੰ
ਡੈਪੂਟੇਸ਼ਨ ਦੇ ਤੌਰ 'ਤੇ ਜ਼ਰੂਰ ਮਿਲਾਂਗੇ, ਜਿਹਨਾਂ ਵਿੱਚ ਆਪਣੇ ਸ਼ਹਿਰ ਦੀਆਂ ਮੁੱਖ ਜਿਹੜੀਆਂ ਸਾਡੀਆਂ ਡਿਮਾਂਡਸ ਨੇ, ਜਿਹੜੀ ਸਾਡੀ ਚੋਰੀਆਂ ਦੀਆਂ ਡਕੈਤੀਆਂ ਸੋ ਹੋ ਰਿਹਾ ਸ਼ਹਿਰ ਦੇ ਵਿੱਚ, ਇਹਨਾਂ ਬਾਰੇ ਆਪਾਂ ਐਸ ਐਸ ਪੀ ਸਾਹਿਬ ਨਾਲ ਬੈਠ ਕੇ ਗੱਲ ਵੀ ਕਰਾਂਗੇ, ਔਰ ਇਹਦੇ ਬਾਰੇ ਆਪਾਂ ਐਸ ਐਸ ਪੀ ਸਾਹਿਬ ਕੋਲੋਂ ਆਸ਼ਵਾਸਨ ਵੀ ਲਵਾਂਗੇ ਕਿ ਸ਼ਹਿਰ ਦੀ ਸੁਰੱਖਿਆ ਵਾਸਤੇ, ਸ਼ਹਿਰ ਦੀ ਸੇਫਟੀ ਵਾਸਤੇ, ਲੋਕਾਂ ਦੀ ਸੇਫਟੀ ਵਾਸਤੇ ਸਾਡੇ ਕੀ ਕਰਦੇ ਨੇ, ਅਤੇ ਅਸੀਂ ਉਹਨਾਂ ਨੂੰ ਮਿਲ ਕੇ ਸਾਰੀ ਗੱਲ ਕਰਾਂਗੇ। ਪ੍ਰਧਾਨ ਜੀ, ਦੇਖੋ ਜਿਹੜਾ ਕ੍ਰਾਈਮ ਰੇਟ ਜ਼ੀਰੋ ਦੱਸਿਆ ਜਾ ਰਿਹਾ, ਇਹ ਤਾਂ ਜਿੰਨਾ ਮਰਜ਼ੀ ਕੋਈ ਕਰ ਲਏ, ਅਤੇ ਮੈਂ ਕੋਈ ਗਲਤ ਕੰਮ ਨਹੀਂ ਕੀਤਾ, ਅੱਜ ਮੀਡੀਆ ਵਾ, ਸੋਸ਼ਲ ਮੀਡੀਆ 'ਤੇ ਸਭ ਕੁਛ ਆ ਰਿਹਾ ਵਾ। ਮੈਨੂੰ ਅਕਾਸ਼ਜੀ ਤੁਹਾਨੂੰ ਮੈਨੂੰ ਪਤਾ ਲੱਗਾ ਕਿ ਤੁਹਾਡਾ ਵੀ ਐਸ ਐਸ ਪੀ ਦਫ਼ਤਰ ਦੇ ਬਾਹਰ ਤੋਂ ਮੋਟਰਸਾਈਕਲ ਚੋਰੀ ਹੋ ਗਿਆ, ਇਸ ਤੋਂ ਮੰਦ ਭਾਗੀ ਕਰਨਾ ਕੀ ਹੋ ਸਕਦੀ ਹੈ ਕਿ ਤੁਸੀਂ ਉੱਥੇ ਇੱਕ ਪ੍ਰੈਸ ਮੀਟਿੰਗ 'ਚ ਗਏ ਹੋਵੋ ਅਤੇ ਤੁਹਾਡਾ ਹੀ ਤੁਸੀਂ ਨਹੀਂ ਸੇਫ ਹੈਗੇ, ਅਤੇ ਆਮ ਲੋਕਾਂ ਦਾ ਕੀ ਆ, ਜੇ ਕੱਲ੍ਹ ਹੀ ਇੱਕ ਮੁੰਡਾ ਸਾਡਾ ਗਗਨ ਕੁਲ ਗੁੱਪੀਆ ਵਾ, ਸਬਜ਼ੀ ਮੰਡੀ ਕੰਮ ਕਰਦਾ, ਗਰੀਬ ਆਦਮੀ ਆ, ਉਹਦਾ ਘਰ ਦੇ ਬਾਹਰੋਂ ਮੋਟਰਸਾਈਕਲ ਚੋਰੀ ਹੋ ਗਿਆ, ਕਿਸੇ ਦੇ ਬੈਟਰਾ ਲਾਇਆ ਜਾ ਰਿਹਾ ਕਾਰ ਦੇ ਵਿੱਚੋਂ, ਕਿਸੇ ਦੇ ਟੈਰ ਖੋਲ੍ਹੇ ਜਾ ਰਹੇ ਨੇ, ਇਹ ਜੰਗਲ ਰਾਜ ਬਣ ਗਿਆ ਸਾਡਾ ਗੁਰਦਾਸਪੁਰ। ਮੈਂ ਹੈਰਾਨ ਹਾਂ ਵੀ ਸਾਡੇ ਪੰਜਾਬ 'ਚ ਕੀ ਹੋ ਰਿਹਾ ਵਾ, ਯੂਪੀ ਬਿਹਾਰ ਤਾਂ ਸੇਫ ਹੋਈ ਜਾ ਰਿਹਾ, ਉਹਨਾਂ ਦਾ ਕ੍ਰਾਈਮ ਜਿਹੜਾ ਜ਼ੀਰੋ ਹੋ ਰਿਹਾ ਜਾਂ ਕੀ ਹੋਇਆ, ਪਰ ਮੈਂ ਭਗਵੰਤ ਸਿੰਘ ਮਾਨ ਸਰਕਾਰ ਦੇ ਮੁੱਖ ਮੰਤਰੀ ਪੰਜਾਬ ਨੂੰ ਵੀ ਕਹਿੰਦਾ ਕਿ ਤੁਸੀਂ ਪਲੀਜ਼ ਪਲੀਜ਼ ਪੰਜਾਬ ਵੱਲ ਧਿਆਨ ਦਿਓ, ਤੁਹਾਡੇ ਪੰਜਾਬ ਦੇ ਹਾਲਾਤ ਦਿਨ ਬ ਦਿਨ ਬਦਤਰ ਹੋ ਜਾ ਰਹੇ ਨੇ, ਕ੍ਰਾਈਮ ਵੱਧ ਰਿਹਾ ਵਾ।